ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਕੀ ਮਾਮਲਾ ਜੀ? ਸਰ ਜੀ, ਇਹ ਮਾਮਲਾ ਇਹ ਹੈ ਕਿ ਪਿੰਡ ਵਜੀਦਪੁਰ ਤੋਂ ਸੁਖਰਾਜ 20 ਦਿਨ ਤੋਂ ਲਾਪਤਾ ਹੈ ਅਤੇ ਉਹ ਮੇਰੇ ਚਾਚਾ ਜੀ ਦਾ ਬੇਟਾ ਹੈ। ਉਹਦੀ ਉਮਰ ਨੀਅਰ ਅਬਾਊਟ 22-23 ਸਾਲ ਦੇ ਕਰੀਬ ਆ ਅਤੇ ਉਹਦੀ ਲਵ ਸਟੋਰੀ ਸੀ ਕਮਲੇਸ਼ ਦੀ ਬੇਟੀ ਦੇ ਨਾਲ। ਅਤੇ ਜਿਸ ਦਿਨ ਤੋਂ ਹੀ ਉਹ ਮੁੰਡਾ ਲਾਪਤਾ ਹੈ ਉਸ ਦਿਨ ਤੋਂ ਹੀ ਉਹ ਘਰ ਤੋਂ ਬਾਹਰ ਹੈਗੇ ਨੇ। ਕੀ ਮਾਮਲਾ ਜੀ? ਸਰ ਜੀ, ਇਹ ਮਾਮਲਾ ਇਹ ਹੈ ਕਿ ਪਿੰਡ ਵਜੀਦਪੁਰ ਤੋਂ ਸੁਖਰਾਜ 20 ਦਿਨ ਤੋਂ ਲਾਪਤਾ ਹੈ ਅਤੇ ਉਹ ਮੇਰੇ ਚਾਚਾ ਜੀ ਦਾ ਬੇਟਾ ਹੈ। ਉਹਦੀ ਉਮਰ ਨੀਅਰ ਅਬਾਊਟ 22-23 ਸਾਲ ਦੇ ਕਰੀਬ ਆ ਅਤੇ ਉਹਦੀ ਲਵ ਸਟੋਰੀ ਸੀ ਕਮਲੇਸ਼ ਦੀ ਬੇਟੀ ਦੇ ਨਾਲ। ਅਤੇ ਜਿਸ ਦਿਨ ਤੋਂ ਹੀ ਉਹ ਮੁੰਡਾ ਲਾਪਤਾ ਹੈ ਉਸ ਦਿਨ ਤੋਂ ਹੀ ਉਹ ਘਰ ਤੋਂ ਬਾਹਰ ਹੈਗੇ ਨੇ। ਤਾਂ ਅਸੀਂ ਉਸ ਪੜਤਾਲ ਦੇ ਵਿੱਚ ਸਾਨੂੰ ਕੁਛ ਪਤਾ ਲੱਗਾ ਸੀਗਾ ਕਿ ਕੋਠੀ ਦੇ ਅੰਦਰ ਕੋਈ ਸ਼ੱਕ ਦੇ ਆਧਾਰ 'ਤੇ ਅਸੀਂ ਆਏ ਸੀਗੇ ਅਤੇ ਪੰਚਾਇਤ ਸਾਡਾ ਸਾਥ ਦੇ ਰਹੀ ਆ ਅਤੇ ਨਾਲ ਪੁਲਿਸ ਕੁੱਲਗੜੀ ਦੀ ਉਹ ਨਾਲ ਆਈ ਸੀ, ਉਹ ਸਾਡਾ ਸਾਥ ਦੇ ਰਹੀ ਆ ਜੀ। ਕੀ ਸੁਰਾਗ ਲੱਗਿਆ ਹੁਣ ਤੱਕ? ਹੁਣ ਤੱਕ ਇਹ ਸੁਰਾਗ ਲੱਗਾ ਸਰ, ਇੱਥੇ ਤਫਤੀਸ਼ ਦੇ ਮੁਤਾਬਿਕ ਸਾਨੂੰ ਦੱਸਿਆ ਕਿ ਇੱਥੇ ਇੱਕ ਕਣਕ ਦੇ ਵਿੱਚ ਇੱਕ ਕਿਰਚ ਪਈ ਹੋਈ ਆ ਅਤੇ ਅਸੀਂ ਉਹ ਕਿਰਚ ਨੂੰ ਵੇਖਿਆ ਅਤੇ ਉਹ ਕਿਰਚ ਦੇ ਹਾਲਾਤਾਂ ਤੋਂ ਇੱਦਾਂ ਲੱਗਦਾ ਹੈ ਕਿ ਮਰਡਰ ਇੱਥੇ ਹੋਇਆ ਹੈ ਕਿਉਂਕਿ ਉੱਥੇ ਬਲੱਡ ਪਿਆ ਹੋਇਆ ਸੀਗਾ ਅਤੇ ਕਣਕ ਡਿੱਗੀ ਪਈ ਹੋਈ ਸੀਗੀ ਜੀ। ਅਤੇ ਉਸ ਤੋਂ ਬਾਅਦ ਜਿਹੜੀ ਕਮਲੇਸ਼ ਹੈ ਉਹਦਾ ਇਹ ਘਰ ਆ। ਕਮਲੇਸ਼ ਕੌਣ ਹੈ ਜੀ? ਕਮਲੇਸ਼ ਪਿੰਡ ਵਜੀਦਪੁਰ ਤੋਂ ਰਹਿੰਦੇ ਆ, ਸਾਡੀ ਰਿਸ਼ਤੇਦਾਰੀ ਦੇ ਵਿੱਚ ਮੇਰੀ ਭਰਜਾਈ ਲੱਗਦੀ ਹੈ ਜੀ, ਉਹ ਦੂਰ ਨੇੜੇ ਤੋਂ ਰਿਸ਼ਤੇਦਾਰੀ ਆ ਉਹਦੇ ਨਾਲ ਅਤੇ ਉਹ ਬੀੜ ਦੇ ਪਿੰਡ ਦੇ ਹੈਗੇ ਆ ਅਤੇ ਵਜੀਦਪੁਰ ਵਿਆਹੀ ਹੋਈ ਆ ਜੀ। ਲਵ ਸਟੋਰੀ ਕਿਸ ਨਾਲ ਸੀ? ਉਹਦੀ ਬੇਟੀ ਰੂਨਾ ਨਾਲ ਜੀ। ਕੀ ਮੰਗ ਕਰਦੇ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ? ਅਸੀਂ ਬਸ ਇਹੀ ਮੰਗ ਕਰਦੇ ਹਾਂ ਕਿ ਕਿਸੇ ਵੀ ਕੰਡੀਸ਼ਨ ਦੇ ਵਿੱਚ ਜਿਹੜਾ ਉਹ ਸਾਨੂੰ ਪਤਾ ਲੱਗਣਾ ਚਾਹੀਦਾ ਅਤੇ ਸਾਡਾ ਭਰਾ ਸਾਨੂੰ ਮਿਲਣਾ ਚਾਹੀਦਾ ਜੀ, ਜਲਦ ਤੋਂ ਜਲਦ। ਕੀ ਮਾਮਲਾ ਜੀ ਜਿਹੜਾ ਤੁਸੀਂ ਜਾਂਚ ਕਰ ਪਹੁੰਚੇ ਜੀ ਅੱਜ? ਆਪਣੇ ਵਜੀਦਪੁਰ ਦਾ ਰਿਸ਼ਪਾਲ ਸਿੰਘ ਆ, ਉਹਨੇ ਦਰਖਾਸਤ ਦਿੱਤੀ ਸੀ ਮੇਰਾ ਮੁੰਡਾ ਗੁੰਮ ਹੋ ਗਿਆ, ਉਹਦੇ ਸੰਬੰਧ 'ਚ ਅਸੀਂ ਜਾਂਚ ਕਰਨ ਆਏ ਸੀਗੇ ਅਤੇ ਅੱਜ ਨਹਿਰ ਦੇ ਕੰਢੇ 'ਤੇ ਇੱਕ ਕਿਰਚ ਮਿਲੀ ਆ, ਹੋਰ ਤਾਂ ਕੋਈ ਇਹੋ ਜਿਹੀ ਚੀਜ਼ ਸਮਝ ਨਹੀਂ ਆਈ। ਤੁਸੀਂ ਸਰ ਘਰ ਵਿੱਚ ਵੀ ਛਾਣਬੀਣ ਕਰ ਰਹੇ ਹੋ, ਘਰ ਵਿੱਚ ਇਸ ਤਰ੍ਹਾਂ ਦੀ ਕੋਈ ਚੀਜ਼ ਬਰਾਮਦ ਹੋਈ ਜਿਹਦੇ ਨਾਲ ਤੁਹਾਨੂੰ ਸ਼ੱਕ ਜ਼ਾਹਰ ਹੋਵੇ? ਘਰ ਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਬਰਾਮਦ ਨਹੀਂ ਹੋਈ ਜਿਹਦੇ ਨਾਲ ਸ਼ੱਕ ਜ਼ਾਹਰ ਹੋਵੇ। ਕੀ ਮਾਮਲਾ ਦਰਜ ਕਰ ਲਿਆ ਗਿਆ ਜੀ? ਗੁੰਮਸ਼ੁਦਗੀ ਦੀ ਰਿਪੋਰਟ ਲਿਖੀ ਆ, ਗੁੰਮ ਹੋਇਆ ਮੁੰਡਾ, ਰਿਪੋਰਟ ਲਿਖੀ ਆ, ਗਾਹ ਜੇ ਤਫਤੀਸ਼ ਚੱਲ ਰਹੀ ਆ। ਸਰ ਕਿੰਨੇ ਦਿਨ ਪਹਿਲਾਂ ਗੁੰਮ ਹੋਇਆ? 26-2 ਨੂੰ ਹੋਇਆ ਗੁੰਮ, ਇਹਨਾਂ ਨੇ ਰਿਪੋਰਟ ਲਿਖਾਈ ਆ, ਦਰਜ ਕਰਾਈ ਆ ਗੁੰਮ ਦੀ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ, 81-466-77009।